नमस्कार दोस्तों, मैं हूं गौतम गर्ग और आप देख रहे हैं नंगल सिटी अपडेट। डेनी ट्रक यूनियन ने तय समझौते के तहत अल्ट्राटेक सीमेंट कंपनी में काम न मिलने पर अपना रोष जताया है। इसी रोष के चलते हिमाचल पंजाब सीमा निकट गरामोड़ा में ट्रक यूनियन के यह लोग पिछले चार दिनों से शांतिपूर्ण धरना प्रदर्शन कर रहे हैं। इन ट्रक ऑपरेटरों का कहना है कि अल्ट्राटेक सीमेंट कंपनी द्वारा 1985 में हिमाचल पंजाब के ट्रक ऑपरेटरों के बीच हुए तय समझौते के तहत माल ढुलाई से वंचित किया जा रहा है, जिससे देनी ट्रक यूनियन के करीब 826 ट्रक मालिकों के परिवारों पर रोजी रोटी का संकट खड़ा हो गया है। ट्रक ऑपरेटर कहते हैं कि जब जेपी इस सीमेंट कंपनी की मालिक हुआ करती थी, तब तो हिमाचल पंजाब के ट्रक ऑपरेटर मिलजुल कर माल ढुलाई का काम कर रहे थे, लेकिन जब से अल्ट्राटेक ने इस सीमेंट कंपनी की कमान अपने हाथों में ली है, तब से ही कंपनी अपना मन मर्जी वाला तानाशाही रवैया अपना रही है। जबकि दोनों राज्यों के बीच बराबर माल ढुलाई का एग्रीमेंट किया गया था, जिससे अब अल्ट्राटेक कंपनी मुंह फेर रही है। इन ट्रक ऑपरेटरों ने चेतावनी देते हुए कहा है कि यदि शीघ्र ही इनकी समस्या का हल नहीं हुआ तो 22 सितंबर को यह ट्रक चालक फोर लेन को जाम करने पर मजबूर होंगे। स्वारघाट से सुभाष चंदेल की रिपोर्ट। जो प्रधान जी ने बयान दिता ना, वो प्रधान जी बयान तो पहले साढ़े गल कर लेनी चाहिए, क्योंकि वो ਸਾਡੇ ਆਉਂਦੇ ਜਾਂਦੇ ਰਹਿੰਦੇ ਆ ਜਿਹੜੇ ਬਾਗੇ ਦੇ ਪ੍ਰਧਾਨ ਜੀ ਨਹੀਂ ਹੁੰਦੇ ਸਾਡੇ ਨਾਲ, ਉਹਨਾਂ ਦਾ ਪਹਿਲਾਂ ਵੀ ਸਾਡੇ ਪ੍ਰਧਾਨਾਂ ਨਾਲ ਗੱਲ ਹੁੰਦੀ ਰਹਿੰਦੀ ਸੀ, ਉਹਨਾਂ ਨੂੰ ਆ ਕੇ ਪੁੱਛਣਾ ਚਾਹੀਏ ਵੀ ਗੱਲ ਕਿਆ ਹੈ। ਇਹਨਾਂ ਨੇ ਕਈ ਸੋਣੀ ਗੱਲ ਤੇ ਗੱਲ ਕਰਤੀ, ਅਗਰ ਕੋਈ ਉਹ ਕਹਿ ਰਹੇ ਨੇ ਕੁੱਟਮਾਰ ਕਰਦੇ ਜਾਂ ਅਸੀਂ ਕੁਛ ਹੋਰ ਗਾਲੀ ਗਲੋਚ ਕਰਿਆ, ਇੱਕ ਵੀ ਬੰਦਾ ਉਹ ਪ੍ਰਧਾਨ ਜੀ ਜਾਂ ਕੋਈ ਗੱਡੀ ਵਾਲਾ ਆ ਕੇ ਕਹਿ ਦੇ ਸਾਡੇ ਵਾਸਤੇ ਰੱਖ ਕੇ ਵੀ ਆਹ ਬੰਦੇ ਨੇ ਮੈਨੂੰ ਗਾਲ ਕੱਢੀ ਜਾਂ ਕਿਸੇ ਨੇ ਥੱਪੜ ਮਾਰਿਆ। ਉਲਟਾ ਦੇਖੋ ਗੱਡੀਆਂ ਰੋਕੀਆਂ, ਦੋ ਚਾਰ ਉਹਨਾਂ ਨੂੰ ਪੁੱਛਿਆ ਵੀ ਸਾਡਾ ਸਾਥ ਦਿਓ, ਉਹ ਸਾਡਾ ਹੱਕ ਹੈ, ਸਾਡੇ ਭਰਾ ਹੈ। ਦੂਜੀ ਗੱਲ ਹੈ, ਪਰ ਇਹਨਾਂ ਨੇ ਉਹ ਇਹ ਨਹੀਂ ਹੱਕ ਹੈਗਾ ਵੀ ਉਹ ਸਾਡਾ ਵੀ ਮਾਲ ਚੱਕ ਚੱਕ ਕੇ ਥੱਲੇ ਉੱਪਰ ਲੈ ਜਾਣ, ਸਾਡਾ ਹੱਕ ਥੱਲੇ ਦਾ ਉਹਨਾਂ ਦਾ ਉੱਪਰੋਂ। ਅਸੀਂ ਕੱਲ੍ਹ ਉੱਪਰ ਜਾ ਕੇ ਇਸ ਗੱਲ ਨੂੰ ਕਹੀਏ ਵੀ ਸਾਨੂੰ ਉੱਪਰ ਦੇ ਮਾਲ ਦਿੱਤਾ ਜਾਵੇ, ਉਹ ਸਾਨੂੰ ਮਾਲ ਨਹੀਂ ਦੇਣਗੇ। ਮੈਂ ਇਹ ਕਹਿੰਦਾ ਵੀ ਜਿਹੜਾ ਸਾਡਾ ਹੱਕ ਹੈ ਥੱਲੇ ਉਹ ਪੰਜਾਬ ਤੋਂ ਭਰ ਕੇ ਜਾਣਦਾ ਕੀਰਤਪੁਰ ਦਾ, ਉਹਨਾਂ ਨਾਲ ਆਪਾਂ ਪਹਿਲਾਂ ਤੇ ਅੱਜ ਕੱਲ੍ਹ ਭਾਈਵਾਰ ਰਹੇ, ਪਹਿਲਾਂ ਮਾਲ ਚੱਲਦਾ ਸੀ ਅੱਧਾ ਆਟੋ ਸੀ ਅੱਧਾ ਢੋਲੀ, ਪਰ ਹੁਣ 10 ਸਾਲਾਂ ਤੋਂ ਅਸੀਂ ਉਹਨਾਂ ਨੇ ਆਪਣਾ ਭਰਾ ਦੇਖਿਆ ਨਹੀਂ ਹੈਗਾ ਦੂਜਾ, ਵੀ ਇਹ ਜਿਹੜਾ ਭੁੱਖਾ ਮਰ ਰਿਹਾ ਉਹ ਹੋਰ ਇੱਕ ਦੋ ਦਿਨ ਦੇ ਵਿੱਚ ਤੰਗ ਹੋ ਕੇ ਉਲਟੇ ਸਿੱਧੇ ਬਿਆਨ ਦੇਣ ਲੱਗੇ। ਉਹ ਉਹਨਾਂ ਨੂੰ ਆਪਣੇ ਤੌਰ ਤੇ ਪਤਾ ਕਰਨਾ ਚਾਹੀਦਾ ਵੀ ਕਿਹੜੀ ਗੱਲ ਸਹੀ ਹੈ ਕਿਹੜੀ ਗਲਤ ਹੈ। ਦੇਖੋ ਜੀ, ਇਹ ਉਹਨਾਂ ਦੀ ਅਸੀਂ ਸਪਸ਼ਟ ਕਰਦਾ ਚਾਹੁੰਦਾ, ਮੈਂ ਇੱਕ ਪ੍ਰਧਾਨ ਹੋਣ ਦੇ ਨਾਤੇ, ਇੱਕ ਪੰਜਾਬ ਦੇ ਨਾਗਰਿਕ ਹੋਣ ਦੇ ਨਾਤੇ, ਵੀ ਇੱਕ ਵੀ ਬੰਦਾ, ਮੈਂ ਦਾਅਵੇ ਨਾਲ ਕਹੂੰਗਾ ਇੱਕ ਵੀ ਬੰਦਾ ਕੋਈ ਕਹਿ ਦੇ ਜਿਹੜੇ ਬੰਦੇ ਨੇ ਇੱਕ ਵੀਡੀਓ ਪਾਈ ਉਹ ਸਾਡੇ ਕੋਲ ਬੁਰਾ ਦਿਲ ਲਿਆ। ਘੱਟੋ ਘੱਟ ਚਾਰ ਵਾਰ ਉਹਨੇ ਚਾਹ ਪੀਤੀ, ਹਰ ਚੀਜ਼ ਨੂੰ ਉਹਨੂੰ ਪੁੱਛਿਆ ਗਿਆ, ਦੋ ਚਾਰ ਘੰਟੇ ਕਰ ਰਿਹਾ, ਉਲਟਾ ਕਹਿਆ ਕਹਿੰਦਾ ਬਈ ਮੇਰਾ ਇੱਥੇ ਦਿਲ ਲੱਗਿਆ ਵਾ, ਨਹੀਂ ਹੈ ਮੇਰੇ ਨਾਲ ਗੱਲ ਕਰਾ ਦੀ, ਫੋਨ ਤੇ ਕਰਾ ਦੀ ਪ੍ਰਧਾਨ। ਉਹ ਕਹਿ ਰਿਹਾ ਇੱਥੇ ਮੇਰਾ ਦਿਲ ਲੱਗਿਆ ਵਾ, ਮੈਂ ਸ਼ਾਮ ਤੱਕ ਜਾਣਾ। ਉਹਨੂੰ ਬਿਲਟੀ ਪੁਲਿਸ ਦੇ ਉਹਨੇ ਬੋਲਣਾ ਕਿਸੇ ਦੋ ਤਿੰਨ ਬੰਦੇ ਨੇ ਮੈਨੂੰ, ਮੈਂ ਪੁਲਿਸ ਦੇ ਬਿਲਟੀ ਜਿਹੜੀ ਕਿਹਾ ਵੀ ਚਲੋ ਭਾਈ ਨਹੀਂ ਚਲਾਨ ਕਰਦੇ ਤੁਸੀਂ ਵਾਪਸ ਕਰ ਦਿਓ, ਕੋਈ ਦਿੱਕਤ ਨਹੀਂ। ਐਸੀ ਕੋਈ ਗੱਲ ਨਹੀਂ ਹੈਗੀ, ਉਲਟੇ ਸਿੱਧੇ ਬਿਆਨ ਦੇ ਗਏ ਵੀ ਉਹ ਕਿਸਮਾਨ ਪਾਇਆ, ਅਸੀਂ ਆਪਣੀ ਰੋਟੀ ਰੋਜੀ ਖਾਤਰ ਲੜ ਰਹੇ, ਨਾ ਕਿ ਕੋਈ ਸਾਡਾ ਇਹ ਮੁੱਦਾ ਹੈ ਪੰਜਾਬ ਹਿਮਾਚਲ ਦੀ ਲੜਾਈ ਦਾ। ਜੇ ਉਹ ਰੋਕਣਗੇ ਤਾਂ ਉਹਦੀ ਕੋਈ ਗੱਲ ਨਹੀਂ ਹੈਗੀ, ਜੇ ਉਹ ਦੋ ਰੋਕਣਗੇ ਅਸੀਂ ਚਾਰ ਰੋਕਾਂਗੇ, ਫਿਰ ਉਹ ਗੱਲ ਬਣਾਉਣੇ ਵਾਲੀ ਗੱਲ ਆ, ਉਹਨਾਂ ਦੀ ਗੱਲ ਹੈ, ਉਹਦੇ ਬਾਅਦ ਉਹਦੀ ਬਾਅਦ ਦੀ ਗੱਲ ਹੈ। ਪਰ ਆਪਾਂ ਨੂੰ ਰੋਕ ਰਕਈ ਵਾਲਾ ਸਾਡਾ ਕੋਈ ਮਕਸਦ ਨਹੀਂ ਹੈ, ਇਹ ਅੰਡਰਲੋਡ ਆਣ ਕਾਗਜ਼ ਸਹੀ ਕਰਕੇ ਰੱਖਣ, ਕਿਉਂਕਿ ਦੇਖੋ ਜੇ ਸਾਡੇ ਕਾਗਜ਼ ਚੈੱਕ ਕਰਦੇ ਹਿਮਾਚਲ ਪੁਲਿਸ ਤਾਂ ਸਾਡੀ ਪੁਲਿਸ ਵੀ ਚੈੱਕ ਕਰਦੀ, ਹੁਣ ਉਹਨਾਂ ਨੂੰ ਤਕਲੀਫ ਨਹੀਂ ਹੋਣੀ ਚਾਹੀਦੀ, ₹1000 ਐਂਟਰੀ ਲੋ ਜਿਹੜੀਆਂ ਉਹ ਗੱਡੀਆਂ ਜਾ ਰਹੀਆਂ ਉਹ ਬੰਦ ਕਰਾਂਗੇ। ਪੰਜਾਬ ਦਾ ਪ੍ਰਸ਼ਾਸਨ ਤਾਂ ਚਲੋ ਸਾਡੇ ਟੱਚ ਵਿੱਚ ਹੈ, ਆਉਂਦੇ ਜਾਂਦਾ ਕੋਈ ਨਾ ਕੋਈ ਗੱਲਬਾਤ ਹੋ ਰਹੀ ਹੈ, ਪਰ ਜਿਹੜਾ ਹਿਮਾਚਲ ਦੇ ਵੱਲ ਤੇ ਕੋਈ ਸਾਨੂੰ ਨਾ ਕਿਸੇ ਨਾ ਪ੍ਰਧਾਨ ਦਾ ਜਾਂ ਕਿਸੇ ਦਾ ਕੋਈ ਇਹ ਗੱਲ ਤੇ ਮੈਸੇਜ ਨਹੀਂ ਆਇਆ, ਕੋਈ ਗੱਲ ਨਹੀਂ ਕਰੀ ਵੀ ਕਿਆ ਤੁਹਾਡੀ ਮੰਗ ਹੈ, ਕਿਆ ਹੋਣਾ ਚਾਹੀਦਾ, ਰੋਟੀ ਦਾ ਘਰ ਸਭ ਦਾ ਹੈ, 826 ਗੱਡੀ ਸਾਡੀ ਘਰੇ ਖੜੀ ਹੈ, ਨਹੀਂ ਹੈ ਮੈਂ 826 ਗੱਡੀ ਕੱਲ ਨੂੰ ਰੋਡ ਤੇ ਖੜਾ ਕੇ ਦੱਸ ਦੂੰਗਾ ਵੀ ਆ ਦੇਖੋ ਚੱਲੀਆਂ ਵਾ ਗੱਡੀਆਂ, ਟਾਇਰ ਖਰਾਬ ਹੋ ਗਏ, ਸੁੱਕ ਗਏ ਸਾਡੇ ਟਾਇਰ, 10 ਸਾਲ ਤੋਂ ਅਸੀਂ ਭੁੱਖੇ ਮਰ ਰਹੇ ਜੀ। ਹਿਮਾਚਲ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਜਿਹੜਾ ਇਹ ਜੇਪੀ ਦਾ ਪਲਾਟ ਲੱਗਿਆ ਸੀ ਬਾਗੇ 'ਚ, ਉਹਦੇ ਵਿੱਚ ਜਿਹੜਾ ਸਾਡਾ ਉਸ ਟਾਈਮ ਦਾ ਐਗਰੀਮੈਂਟ ਆ 50% ਦਾ, 50% ਇਹ ਗੱਡੀ ਪਊਗੀ, 50% ਅਸੀਂ ਕੀਰਤਪੁਰ ਨੂੰ ਅੱਗੇ ਪਾਵਾਂਗੇ, ਪਰ ਉਹ ਐਗਰੀਮੈਂਟ ਕਹਾਂ ਫੈਕਟਰੀ ਵੇਚਣ ਦੇ ਨਾਲ ਐਗਰੀਮੈਂਟ ਖਤਮ ਨਹੀਂ ਹੋ ਜਾਂਦੇ, ਤਾਂ ਅਸੀਂ ਇਹ ਕਹਿੰਦੇ ਵੀ ਜਿੱਦਾਂ ਉਹ ਕਰੀ ਵੀ ਗੱਲ ਉਹਦੇ ਅਨੁਸਾਰ ਸਾਨੂੰ ਮਾਲ ਦਿੱਤਾ ਜਾਵੇ, ਕੋਈ ਗੱਲ ਨਹੀਂ ਅਸੀਂ ਆਪਣੀ ਮਰਜ਼ੀ ਨਾਲ ਉਹਨੂੰ ਉੱਚ ਰੇਟ ਦੇਗਾ, ਜਿਹੜੇ ਠੇਕੇਦਾਰ ਖਾਂਦੇ ਉਹ ਰੇਟ ਵੀ ਬੰਦ ਕਰਕੇ ਜਿਹੜਾ ਵਿੱਚ ਖਾ ਰਹੇ ਉਹਨਾਂ ਨੂੰ ਸਹੀ ਰੇਟ ਦੇਗਾ, ਅਸੀਂ ਮਾਲ ਦੇਵਾਂਗੇ ਜੇ ਅੱਜ ਨਾਲ ਬੈਠ ਕੇ ਗੱਲ ਕਰਨ। ਦੇਣੀ ਯੂਨੀਅਨ ਦਾ 826 ਗੱਡੀਆਂ ਦਾ ਹੈ, ਇਹ ਧਰਨਾ ਸ਼ਾਂਤੀਪੂਰਵਕ ਹੈ ਤੇ ਕਿਸੇ ਵੀ ਡਰਾਈਵਰ ਨੂੰ ਕਿਸੇ ਵੀ ਗੱਡੀ ਵਾਲੇ ਨੂੰ ਕੋਈ ਤੰਗ ਨਹੀਂ ਕੀਤਾ ਗਿਆ। ਕੁਝ ਮੀਡੀਆ ਚੈਨਲ ਵਾਲਿਆਂ ਨੇ ਝੂਠ ਬੋਲਿਆ ਕਿ ਇਹਨਾਂ ਨੂੰ ਲੋਕਾਂ ਨੂੰ ਜਿਹੜਾ ਹੈ ਉਹ ਤੰਗ ਕੀਤਾ, ਹਿਮਾਚਲ ਦੀਆਂ ਗੱਡੀਆਂ ਤੰਗ ਕਰਿਆ।
लेकिन कोई तंग नहीं करिया है, उन्होंने पानी पिलाया, उन्होंने चाह पिलाई, उन्होंने भोजन भी छकाया, असी साडे ही भरा है। अग ते वध जिहड़ियां गड्डियां चलाउंदे हिमाचल तों पंजाब दे ही साडे भरा भतीजे मुंडे आ साडे ही, ते बाकी जिहड़ा साडा प्रशासन दे कुछ आरटीओ डीटीओ 1000 रुपये गड्डी जिहड़ी कमीशन लैंदे आ हिमाचल दीआं गड्डियां ते ਉਹ ਸਾਡੇ ਪੰਜਾਬ ਨੂੰ ਬਹੁਤ ਬੜਾ ਘਾਟਾ ਹੈ। ਉਸ ਘਾਟੇ ਨੂੰ ਪੂਰਾ ਕਰਨ ਵਾਸਤੇ ਅਸੀਂ ਇਹ ਸਰਕਾਰ ਦੇ ਅੱਗੇ ਬੇਨਤੀ ਕਰਦੇ ਕਿ ਤੁਸੀਂ ਆਹ ਜਿਹੜਾ ਜਿਹੜੀ ਐਂਟਰੀਆਂ ਚੱਲਦੀਆਂ ਇਹਨਾਂ ਨੂੰ ਬੰਦ ਕਰੋ ਤੇ ਸਾਡਾ ਸਾਥ ਦਿਓ। ਸਾਡਾ ਧਰਨਾ ਜਿਹੜਾ ਹੈ ਇਹ ਇਦਾਂ ਹੀ ਲੱਗਿਆ ਰਹੂਗਾ, ਸ਼ਾਂਤੀਪੂਰਵਕ ਰਹੂਗਾ। ਵੱਡੀਆਂ ਮੁੱਖ ਮੰਗਾਂ ਇਹ ਹੈ ਕਿ ਜਿਹੜਾ ਸਾਡਾ ਕਲਿੰਕਰ ਦਾ ਜੀਪੀ ਫੈਕਟਰੀ ਨਾਲ 50% ਦਾ ਜਿਹੜਾ ਹੈ ਸਾਡਾ ਹੋਇਆ ਤਾਂ ਜੀ ਉਹ ਸਾਨੂੰ ਬੰਦ ਕਰ ਦਿੱਤਾ ਐਗਰੀਮੈਂਟ। ਉਹ ਜਿਹੜਾ ਸਾਡਾ ਡੰਪ ਹੈ ਉਹ ਸਾਡੀਆਂ ਗੱਡੀਆਂ ਜਿਹੜੀਆਂ 826 ਪੁਆਈਆਂ ਦੀਆਂ ਜੀਪੀ ਨੇ ਉਹ ਜਿਹੜਾ ਹੈ ਉਹ ਅੱਜ ਕੰਮ ਬੰਦ ਹੈ। ਉਹ ਸਾਲ ਦਾ 1-2 ਮਹੀਨੇ ਕੰਮ ਚਲਾਉਂਦੇ ਹੈ ਤੇ ਬਾਕੀ 10-11 ਮਹੀਨੇ ਕੰਮ ਬੰਦ ਰੱਖਦੇ ਹੈ। ਉਹ ਸਾਡਾ ਕੰਮ ਜਿਹੜਾ ਹੈ ਇਹ ਸਾਨੂੰ ਵੀ ਪਰਮਾਨੈਂਟ ਦੇਣਾ ਚਾਹੀਦਾ। ਸਾਡੇ ਕੰਮ ਚੱਲਣ ਨਾਲ ਪੰਜਾਬ ਗੌਰਮੈਂਟ ਨੂੰ ਬਹੁਤ ਜ਼ਿਆਦਾ ਇਨਕਮ ਹੈ ਤੇ ਮੈਂ ਇਹੀ ਬੇਨਤੀ ਕਰਦਾ ਕਿ ਪ੍ਰਸ਼ਾਸਨ ਸਾਡੀ ਯੂਨੀਅਨ ਦੀ ਮਦਦ ਕਰੇ ਔਰ ਸਾਡੇ ਸਾਡਾ ਜਿਹੜਾ ਸਵਾਲ ਹੈ ਉਹਨੂੰ ਉਹਨੂੰ ਤੁਸੀਂ ਮੇਰੇ ਵੀਰ ਅੱਗੇ ਤੱਕ ਪਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਇੱਕ ਛੋਟਾ ਜਿਹਾ ਫੇਸਬੁੱਕ 'ਤੇ ਜਾਂ ਹਿਮਾਚਲ ਦੀ ਨਿਊਜ਼ ਚੈਨਲਾਂ 'ਤੇ ਅਖਬਾਰਾਂ 'ਚ ਇਹ ਸੁਣਨ ਨੂੰ ਮਿਲਿਆ ਕਿ ਜਿਹੜੀ ਹਿਮਾਚਲ ਦੀਆਂ ਟਰੱਕ ਸੁਸਾਇਟੀਆਂ ਹੈ ਉਹਨਾਂ ਨੂੰ ਪੰਜਾਬ ਵਿੱਚ ਤੰਗ ਪਰੇਸ਼ਾਨ ਕੀਤਾ ਜਾ ਰਿਹਾ। ਕੋਈ ਇਸ ਤਰ੍ਹਾਂ ਦੀ ਕੋਈ ਇਹੋ ਜਿਹੀ ਗੱਲ ਨਹੀਂ ਹੈ। ਆਪ ਸ਼ਾਂਤੀਪੂਰਵਕ ਲੋਕ ਧਾਰਨਾ ਦੇ ਕੇ ਬੈਠੇ ਹੋਏ ਆ, ਜਿੰਨਾ ਕੁ ਸਾਤੋਂ ਹੋ ਰਿਹਾ ਅਸੀਂ ਉਹਨਾਂ ਨੂੰ ਬਿਠਾਲ ਕੇ ਰੋਕ ਕੇ ਇਹੀ ਗੱਲਾਂ ਪੁੱਛੀਆਂ ਕਿ ਭਾਈ ਤੁਹਾਡੇ ਕੋਲ ਬਿਲਟੀ ਕੋਈ, ਇੱਕ ਬੰਦਾ ਕੋਈ ਕਹਿ ਦੇਵੇ ਯੂਨੀਅਨ ਦਾ ਖੜਾ ਹੋ ਕੇ ਉਹਨਾਂ ਦੀ ਹਿਮਾਚਲ ਦਾ ਵੀ ਕਿਸੇ ਦੇ ਥਫੇੜ ਚਪੇੜ ਮਾਰੀ ਹੋਵੇ, ਕਿਸੇ ਨੂੰ ਗਾਲੀ ਗਲੋਚ ਕੀਤਾ ਹੋਵੇ, ਕਿਸੇ ਨੂੰ ਕੱਪੜੇ 'ਤੇ ਖਿੱਚਿਆ ਹੋਵੇ, ਆਰਾਮ ਨਾਲ ਉਹਦੀ ਬਿਲਟੀ ਪੁੱਛੀ। ਅਗਲਿਆਂ ਨੇ ਸਾਨੂੰ ਆਪ ਦੱਸਿਆ ਵੀ ਮੇਰੀ 25 ਟਨ ਗੱਡੀ ਪਾਸ ਹੈ, ਕਿਸੇ ਕੋਲ 41 ਟਨ ਹੈ, ਕਿਸੇ ਕੋਲ 30 ਟਨ ਹੈ। ਇਸ ਤੋਂ ਵੱਧ ਕਿਸੇ ਬੰਦੇ ਨਾਲ ਸਾਡੀ ਕੋਈ ਗੱਲ ਨਹੀਂ ਹੋਈ। ਸਾਡੀ ਤਾਂ ਹਿਮਾਚਲ 'ਚ ਪ੍ਰਧਾਨ ਜੀ ਨੂੰ ਵੀ ਬੇਨਤੀ ਹੈ ਕਿ ਪ੍ਰਧਾਨ ਜੀ ਜਿਹੜਾ ਸਾਡਾ ਹੱਕ ਬਣਦਾ ਉਹ ਸਾਨੂੰ ਦਿੱਤਾ ਜਾਵੇ। 84-85 ਦੇ ਵੇਲੇ ਸੁਣਿਆ ਆਨੰਦਪੁਰ ਸਾਹਿਬ 'ਚ ਇਹਨਾਂ ਦਾ ਕੋਈ ਸਮਝੌਤਾ ਹੋਇਆ ਤਾਂ ਥਾਣੇ ਵਿੱਚ ਬੈਠ ਕੇ ਜਿਹੜਾ ਇਹ ਵੀ ਅੱਧਾ ਮਾਲ ਤੁਸੀਂ ਚੱਕੋਗੇ ਅੱਧਾ ਅਸੀਂ ਚੱਕਾਂਗੇ, ਉਸ ਸਮਝੌਤੇ ਤਹਿਤ ਤੁਸੀਂ ਸਾਨੂੰ ਬੜੇ ਭਾਈ ਵਾਲਾ ਸਾਡੇ ਨਾਲ ਫਰਜ਼ ਅਦਾ ਕਰੋ। ਇੱਕ ਬੜਾ ਭਾਈ ਵਧਿਆ ਕਰਦਾ, ਛੋਟਾ ਭਰਾ ਘਟਿਆ ਕਰਦਾ, ਇਹੋ ਜਿਹਾ ਸਾਡੇ ਨਾਲ ਵਿਤਕਰਾ ਨਾ ਕਰੋ। ਇਹ ਜਿਹੜੀਆਂ ਤੁਸੀਂ ਗੱਲਾਂ ਕਰਿਆ ਕਰਦੇ ਵੀ ਪੰਜਾਬ ਦੀਆਂ ਗੱਡੀਆਂ ਨੂੰ ਉੱਪਰ ਅਸੀਂ ਤੰਗ ਪਰੇਸ਼ਾਨ ਕਰੂੰਗੇ, ਇਹੋ ਜਿਹੇ ਮਕਸਦ ਵੱਲ ਨਾ ਚੱਲੋ। ਆਪਣੀ ਜਿਹੜੀ ਹੈ ਭਾਈਬੰਦੀ ਸਾਂਝ ਉਹ ਨਾ ਵਿਗਾੜੋ।